ਸੋ ਲਓ ਜੀ, ਪੰਡਤਾਂ ਦੀ ਹੱਟੀ ਸ਼ਹਿਰ ਭਦੌੜ ਪੁਰੀਆਂ ਵਾਲਾ ਬਾਜ਼ਾਰ ਜਿੱਥੇ ਲੱਗਿਆ ਸੇਲ ਮੇਲਾ, ਲੋਹੜੀ ਤੱਕ ਮਾਰੋ ਮਾਰ ਕਰਦੀ ਸੇਲ ਚੱਲਣੀ ਹੈ ਸ਼ਾਨਦਾਰ ਤਰੀਕੇ ਨਾਲ। ਸੋ ਹਰ ਦਿਨ ਨਵੀਂ ਨਵੀਂ ਵਰਾਇਟੀ, ਨਵੀਂ ਨਵੀਂ ਕੁਆਲਿਟੀ, ਕਦੇ ਕਢਾਈ ਵਾਲੇ ਸੂਟ, ਕਦੇ ਪ੍ਰਿੰਟ ਸੂਟ, ਕਦੇ ਸ਼ਾਲ ਸੂਟ, ਕਦੇ ਕੰਬਲ, ਕਦੇ ਚਾਦਰਾਂ, ਕਦੇ ਵੈਲਵਟ ਦੇ ਸੂਟ, ਹਰ ਚੀਜ਼ ਤੁਹਾਡੀ ਕਚਹਿਰੀ ਵਿੱਚ ਲੈ ਕੇ ਆ ਰਹੇ ਹਾਂ। ਬਾਜ਼ਾਰ ਨੂੰ, ਪੰਜਾਬ ਨੂੰ, ਸਾਰੀਆਂ ਮਾਰਕੀਟਾਂ ਨੂੰ ਸਸਤਾ ਵੇਚ ਰਹੇ ਹਾਂ। ਸੋ ਬਹੁਤ ਸਸਤਾ ਵੇਚ ਰਹੇ ਹਾਂ। ਅਸੀਂ ਪਹਿਲਾਂ ਇੱਕ ਕੰਬਲਾਂ ਦੀ ਵੀਡੀਓ ਪਾਈ ਸੀ, 850 ਰੁਪਏ ਦੇ ਦੋ ਕੰਬਲ ਡਬਲ ਬੈੱਡ ਦੇ, 450 ਦਾ ਇੱਕ, 850 ਦੇ ਦੋ, ਰੇਟ ਵੱਧ ਗਏ। ਸਿਆਲ ਦਾ, ਸਰਦੀ ਦਾ ਮੌਸਮ ਪੂਰਾ ਜੋਬਨ 'ਤੇ ਆ, ਹਰ ਚੀਜ਼ ਦਾ ਰੇਟ ਵਧਿਆ ਵਾ। ਸਿਆਲ 'ਚ ਪਹਿਨਣ ਵਾਲਾ ਕੰਬਲ, ਚਾਦਰਾਂ, ਸੂਟ, ਪਰ ਪੰਡਤਾਂ ਦੀ ਹੱਟੀ 'ਤੇ ਅੱਜ ਵੀ ਉਸੇ ਰੇਟ ਵਿੱਚ ਜਾ ਰਹੇ ਆ। 850 ਰੁਪਏ ਦੇ ਦੋ ਕੰਬਲ ਡਬਲ ਬੈੱਡ ਦੇ, 450 ਰੁਪਏ ਦਾ ਇੱਕ, ਜਿਹੜੇ ਇੱਕ ਲੈਣਾ 450 ਰੁਪਏ ਦਾ, ਦੋ ਲੈਣੇ ਆ 850 ਰੁਪਏ ਦੇ ਡਬਲ ਬੈੱਡ ਦੇ ਕੰਬਲ ਆ। ਪੰਡਤਾਂ ਦੀ ਹੱਟੀ ਹੈ, ਸ਼ਹਿਰ ਭਦੌੜ ਹੈ, ਪੁਰੀਆਂ ਵਾਲਾ ਬਾਜ਼ਾਰ ਹੈ, ਜਿੱਥੇ ਸੇਲ ਮੇਲਾ ਲੱਗਿਆ, ਲੋਹੜੀ ਪੰਪ ਬਲਾਸਟ, ਲੋਹੜੀ ਧਮਾਕਾ ਸੇਲ, ਸ਼ਾਨਦਾਰ ਸੇਲ ਚੱਲ ਰਹੀ ਹੈ ਪੰਡਤਾਂ ਦੀ ਹੱਟੀ ਦੇ। ਡਬਲ ਬੈੱਡ ਦੇ ਕੰਬਲ ਹੈ 850 ਦੇ ਲੈ ਕੇ ਜਾ, ਦੋ 850 ਦੇ ਦੋ, 450 ਰੁਪਏ ਦਾ ਇੱਕ ਡਬਲ ਬੈੱਡ ਦਾ ਕੰਬਲ, ਫੁੱਲ ਸਾਈਜ਼, ਫੁੱਲ ਸਾਈਜ਼, ਸ਼ਾਨਦਾਰ ਕੁਆਲਿਟੀ ਆ, ਸੋਹਣਾ ਜਿਹਾ ਕੱਪੜਾ, ਸੋਫਟ ਕੰਬਲ ਹੈ ਪੂਰਾ ਸ਼ਨੀਲ ਦਾ। ਚਾਹੇ ਕੋਈ ਦੇਣ ਲੈਣ ਕਰ ਲਓ, ਚਾਹੇ ਉੱਪਰ ਲੈ ਲਓ, ਘਰੇ ਲਾ ਲਓ, ਪਹਿਨ ਲਓ, ਬਹੁਤ ਵਧੀਆ, ਬਹੁਤ ਸ਼ਾਨਦਾਰ ਕੰਬਲ ਹੈ। ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੇ ਵੀਰ ਪੰਡਤਾਂ ਦੀ ਹੱਟੀ ਤੋਂ ਇਹ 850 ਦੇ ਡਬਲ ਬੈੱਡ ਦੇ ਦੋ ਕੰਬਲ ਲੈ ਕੇ ਗਏ, ਉਹਨਾਂ ਨੂੰ ਸਭ ਨੂੰ ਪਤਾ ਵੀ ਕੱਪੜਾ ਵਧੀਆ, ਕੰਬਲ ਵਧੀਆ, ਸਾਈਜ਼ ਫੁੱਲ ਹੈ, ਰੇਟ ਜਮਾਂ ਹੀ ਨੋਰਮਲ। ਸਾਰੇ ਪੰਜਾਬ 'ਚ ਇਸ ਟਾਈਮ ਕਿਤੇ ਕੋਈ 850 ਦੇ ਦੋ ਕੰਬਲ ਨਹੀਂ ਦਿੰਦਾ ਡਬਲ ਬੈੱਡ ਦੇ। ਪੰਡਤਾਂ ਦੀ ਹੱਟੀ 'ਤੇ ਮਿਲਣਗੇ, ਪੰਡਤਾਂ ਦੀ ਹੱਟੀ ਦੇ 850 ਰੁਪਏ ਦੇ ਦੋ ਕੰਬਲ ਡਬਲ ਬੈੱਡ ਦੇ, 450 ਰੁਪਏ ਦਾ ਇੱਕ, ਜਿੰਨੇ ਮਰਜ਼ੀ ਲੈ ਜਾਓ। ਇਹ ਪੰਡਤਾਂ ਦੀ ਹੱਟੀ ਹੈ ਜਨਾਬ, ਪੰਡਤਾਂ ਦੀ ਹੱਟੀ, ਜਿੱਥੇ ਸਾਰੇ ਪੰਜਾਬ ਨੂੰ ਸਸਤਾ ਵੇਚਿਆ ਜਾਂਦਾ, ਵਧੀਆ ਕੁਆਲਿਟੀ ਸਸਤੇ ਰੇਟਾਂ 'ਤੇ ਖਰੀਦਣੀ ਹੈ। ਪੰਡਤਾਂ ਦੀ ਹੱਟੀ ਨੂੰ ਯਾਦ ਰੱਖੋ, ਪੰਡਤਾਂ ਦੀ ਹੱਟੀ 'ਤੇ ਆਓ। ਸ਼ਹਿਰ ਭਦੌੜ ਪੁਰੀਆਂ ਵਾਲਾ ਬਾਜ਼ਾਰ ਹੈ ਜੀ, ਨੇੜੇ ਭਾਂਡਿਆਂ ਵਾਲੀ ਦੁਕਾਨ ਹੈ। ਲੋਹੜੀ ਤੱਕ ਸ਼ਾਨਦਾਰ ਸੇਲ ਚੱਲਣੀ ਹੈ ਮਾਰੋ ਮਾਰ ਕਰਦੀ। ਡਬਲ ਬੈੱਡ ਦੇ ਕੰਬਲ 850 ਰੁਪਏ ਦੇ ਦੋ, ਫੁੱਲ ਸਾਈਜ਼, ਕੁਆਲਿਟੀ ਵਧੀਆ, ਕੱਪੜਾ ਵਧੀਆ, ਸਿੰਗਲ। ਲਓ ਜੀ, ਆਹ ਸਿੰਗਲ ਕੰਬਲ ਆ ਗਏ ਜੀ। ਇਸ ਟਾਈਮ ਇਹ 450 ਅਤੇ 500 ਰੁਪਏ ਦਾ ਕੰਬਲ ਮਿਲਦਾ, ਜਿੱਥੋਂ ਮਰਜ਼ੀ ਲੈ ਲਓ। ਸਿੰਗਲ ਬੈੱਡ ਦਾ, ਸਿੰਗਲ ਬੈੱਡ ਦਾ ਕੰਬਲ ਹੈ, ਕੋਈ 500 ਦਾ ਦਿੰਦਾ, ਕੋਈ 450 ਦਾ ਦਿੰਦਾ, 450 ਤੋਂ ਘੱਟ ਕੋਈ ਨਹੀਂ ਦਿੰਦਾ। ਪੰਡਤਾਂ ਦੀ ਹੱਟੀ 'ਤੇ ਆਓ, 700 ਰੁਪਏ ਦੇ ਦੋ ਲੈ ਕੇ ਜਾਓ, 700 ਰੁਪਏ ਦੇ ਦੋ, 350 ਰੁਪਏ ਦਾ ਇੱਕ। ਪੰਡਤਾਂ ਦੀ ਹੱਟੀ ਆ ਜੀ, ਜਿੱਥੇ ਸੇਲ ਮੇਲਾ ਲੱਗਿਆ। ਸੋ ਸੇਲ ਮੇਲੇ ਦੇ ਵਿੱਚ 700 ਰੁਪਏ ਦੇ ਦੋ ਕੰਬਲ ਲੈ ਕੇ ਜਾਓ ਪੰਡਤਾਂ ਦੀ ਹੱਟੀ ਤੋਂ। ਸ਼ਾਨਦਾਰ ਕੁਆਲਿਟੀ, ਕਿਤੇ ਕੋਈ ਇਸ ਭਾਅ ਨਹੀਂ ਦਿੰਦਾ। ਇਸ ਟਾਈਮ ਪੂਰੇ ਰੇਟ ਵਧੇ ਹੋਏ ਆ, ਕਿਉਂਕਿ ਸਰਦੀ ਦਾ ਮੌਸਮ ਪੂਰਾ ਜੋਬਨ 'ਤੇ ਹੈ। ਜਦੋਂ ਸੀਜ਼ਨ ਪੂਰੀ ਤਰ੍ਹਾਂ ਭਖਿਆ ਹੋਵੇ, ਰੇਟ ਵੱਧ ਜਾਂਦੇ ਆ, ਸਭ ਨੂੰ ਪਤਾ, ਪੂਰੇ ਰੇਟ ਵਧੇ ਹੋਏ। ਪਰ ਪੰਡਤਾਂ ਦੀ ਹੱਟੀ 'ਤੇ ਪੁਰਾਣੇ ਰੇਟਾਂ 'ਚ ਉਸੇ ਭਾਅ ਦੇਵਾਂਗੇ, ਕਿਸੇ ਗੱਲੋਂ ਮੁੱਕਰਦੇ ਨਹੀਂ, ਭੱਜਦੇ ਨਹੀਂ। 700 ਰੁਪਏ ਦੇ ਦੋ ਸਿੰਗਲ ਬੈੱਡ ਦੇ ਕੰਬਲ, 350 ਰੁਪਏ ਦਾ ਇੱਕ। ਪੰਡਤਾਂ ਦੀ ਹੱਟੀ, ਪੰਡਤਾਂ ਦੀ ਹੱਟੀ, ਸ਼ਹਿਰ ਭਦੌੜ ਜੀ। ਕਿਤੋਂ ਵੀ ਖਰੀਦੋਗੇ, 500 ਰੁਪਏ ਦਾ ਇੱਕ ਦਿੰਦੇ ਆ, ਅਸੀਂ 700 ਰੁਪਏ ਦੇ ਦੋ ਦੇਵਾਂਗੇ। ਪੰਡਤਾਂ ਦੀ ਹੱਟੀ ਆ ਜਨਾਬ, ਪੰਡਤਾਂ ਦੀ, ਜਿੱਥੇ ਸੇਲ ਮੇਲਾ ਲੱਗਿਆ, ਲੋਹੜੀ ਤੱਕ ਸੇਲ ਚੱਲਣੀ ਹੈ, ਸ਼ਾਨਦਾਰ, ਵਧੀਆ ਖਰੀਦਣਾ।
ਸਸਤੇ ਰੇਟਾਂ 'ਤੇ ਲੈਣਾ, ਪੰਜਾਬ ਨੂੰ ਸਸਤਾ ਖਰੀਦਣਾ, ਪੰਡਤਾਂ ਦੀ ਹੱਟੀ 'ਤੇ ਆ ਜਾਓ। ਜਿਨ੍ਹਾਂ ਭੈਣਾਂ ਭਰਾਵਾਂ ਦੇ ਵਿਆਹ ਸ਼ਾਦੀਆਂ ਰੱਖੀਆਂ, ਨਾਨਕ ਛੱਕਾਂ, ਗੁੜ ਵੰਡਣੀਆਂ, ਲੋਹੜੀਆਂ ਵੰਡਣੀਆਂ, ਖੁਸ਼ੀਆਂ ਮਨਾਉਣੀਆਂ, ਜਿਨ੍ਹਾਂ ਨੇ ਕੋਈ ਦੇਣ ਲੈਣ ਕਰਨਾ, ਪੰਡਤਾਂ ਦੀ ਹੱਟੀ 'ਤੇ ਆਓ, ਅੱਧ ਰੇਟ ਦੇ ਵਿੱਚ ਚੀਜ਼ ਲੈ ਕੇ ਜਾਓ। ਸੂਟ ਕਢਾਈ ਵਾਲੇ, ਪ੍ਰਿੰਟ ਵਾਲੇ ਸੂਟ, ਸ਼ੋਲ ਸੂਟ, ਵੈਲਵਟ ਦੇ ਸੂਟ, ਸ਼ਨੀਲ ਦੇ ਸੂਟ, ਕੰਬਲ, ਚਾਦਰਾਂ, ਜੋ ਮਰਜ਼ੀ ਲੈ ਜਾਓ ਇੱਕ ਸਟੋਰ ਦੇ ਵਿੱਚ, ਇੱਕ ਛੱਤ ਥੱਲੇ, ਪੰਡਤਾਂ ਦੀ ਹੱਟੀ, ਸ਼ਹਿਰ ਪਦੌੜ ਜੀ, ਪੁਰੀਆਂ ਵਾਲਾ ਬਾਜ਼ਾਰ। 850 ਦੇ ਦੋ ਕੰਬਲ ਡਬਲ ਬੈੱਡ ਦੇ, 700 ਰੁਪਏ ਦੇ ਦੋ ਕੰਬਲ ਸਿੰਗਲ ਬੈੱਡ ਦੇ, ਜਿੰਨੇ ਮਰਜ਼ੀ ਲੈ ਜਾਓ ਪੰਡਤਾਂ ਦੀ ਹੱਟੀ।